ਗੁਰੂ ਦਾ ਰਸ ਮਾਣ ਰਹੇ ਹੋ, ਆਓ ਫਤਿਹ ਸਾਂਝੀ ਕਰੀਏ। ਫਤਿਹ ਗੁਰੂ ਦੀ ਹੈ। ਕਿਸੇ ਵਿਅਕਤੀ ਨੂੰ ਅਸੀਂ ਫਤਿਹ ਨਹੀਂ ਬੁਲਾਉਣੀ, ਫਤਿਹ ਗੁਰੂ ਨੂੰ ਬੁਲਾਉਣੀ ਹੈ। ਕੋਈ ਰਸਨਾ ਵਾਂਝੀ ਨਾ ਰਹੇ, ਫਤਿਹ ਗੱਜ ਕੇ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਨਹੀਂ ਆਇਆ, ਇਤਨਾ ਇਕੱਠ ਹੋਵੇ ਅਤੇ ਫਤਿਹ ਦੀ ਸਾਂਝ ਬਹੁਤ ਘੱਟ। ਪਤਾ ਚੱਲੇ ਕਿ ਇੱਥੇ ਸੰਗਤ ਚੜ੍ਹਦੀਆਂ ਕਲਾਂ 'ਚ ਬੈਠੀ ਹੈ। ਇੱਕ ਵਾਰੀ ਫਤਿਹ ਫਿਰ ਬੁਲਾਓ। ਮੈਨੂੰ ਸਿਰਫ 5 ਮਿੰਟ ਵਾਸਤੇ ਇਹ ਬੱਚੇ ਅਤੇ ਬੱਚੀ ਨੂੰ ਅਸੀਸ ਦੇਣ ਵਾਸਤੇ ਸੰਗਤ ਇਕੱਠੀ ਹੋਈ ਹੈ। ਇੱਕ ਵਾਰੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ, ਉੱਚਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਇਹ ਅੰਮ੍ਰਿਤ ਵੇਲੇ। ਕੀਰਤਨ ਨਿਰਮੋਲਕ ਹੀਰਾ। ਦੁਨਿਆਵੀ ਹੀਰੇ ਬਹੁਤ ਹਨ, ਤਿਜੋਰੀਆਂ ਭਰੀਆਂ ਪਈਆਂ ਹਨ, ਪਰ ਇਹ ਹੀਰੇ ਜੋ ਅੱਜ ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਲੁੱਟ ਰਹੇ ਹਾਂ, ਇਹ ਹੀਰੇ ਬੜੇ ਕੀਮਤੀ ਹਨ। ਇਹ ਹੀਰੇ ਮਿਲਦੇ ਨਹੀਂ ਹਨ। ਤਨ ਹਨ ਇਹ ਕੀਰਤਨੀਏ, ਤਨ ਇਹ ਪਰਿਵਾਰ ਹੈ। ਕੋਈ ਅਸੀਂ ਗੁਰੂ ਦੇ ਸਾਹਮਣੇ ਕਿਸੇ ਵਿਅਕਤੀ ਦੀ ਵਡਿਆਈ ਨਹੀਂ ਕਰ ਸਕਦੇ, ਪਰ ਜੋ ਹਕੀਕਤ ਹੈ, ਜੋ ਦੇਖਿਆ ਹੈ, ਉਹ ਅਸੀਂ ਬਿਆਨ ਕਰ ਸਕਦੇ ਹਾਂ। ਐਸਾ ਆਨੰਦ ਕਾਰਜ ਰਹਿਣ ਸਭਾਈ, ਸਾਰੀ ਰਾਤ ਗੁਰੂ ਮਹਾਰਾਜ ਦੇ ਜਸ ਗਾਇਨ ਹੋ ਰਹੇ ਹਨ। ਸੰਤ ਅਨੂਪ ਸਿੰਘ ਜੀ ਜੋ ਅਗਵਾਈ ਕਰ ਰਹੇ ਹਨ, ਵੱਡੇ ਭਾਗ ਹਨ ਇਹਨਾਂ ਬੱਚਿਆਂ ਦੇ। ਉਸ ਮਾਂ ਦੀ ਕੁਕਸ ਵੱਲੀ ਹੈ, ਨਹੀਂ ਤਾਂ ਫੇਰੇ ਆਉਂਦੇ ਹਨ। 10 ਮਿੰਟ ਬੱਚੇ ਬੈਠ ਨਹੀਂ ਸਕਦੇ, ਸਾਰੀ ਰਾਤ ਬੈਠਿਆਂ ਹੋ ਗਈ। ਅਤੇ ਅਸੀਂ ਜਿਤਨੀ ਵਡਿਆਈ ਕਰੀਏ ਉਤਨੀ ਥੋੜ੍ਹੀ ਹੈ। ਇਹ ਇਸ ਪਰਿਵਾਰ 'ਤੇ ਬੜੀ ਕਿਰਪਾ ਹੈ, ਬੜੀ ਮਿਹਰ ਹੈ ਦਾਤੇ ਦੀ, ਜਿਨ੍ਹਾਂ ਨੂੰ ਇਹ ਸੁਹਾਵਣੀਆਂ ਘੜੀਆਂ ਮਿਲੀਆਂ ਹਨ। ਅਤੇ ਸੰਗਤ ਦਾ ਇਕੱਠ ਦੇਖ ਕੇ ਮੇਰਾ ਮਨ ਗਦ ਗਦ ਹੋ ਗਿਆ ਹੈ। ਇਹ ਵਡਿਆਈਆਂ ਹਰ ਇੱਕ ਨੂੰ ਨਹੀਂ ਮਿਲ ਸਕਦੀਆਂ। ਅਤੇ ਅੱਜ ਕੱਲ੍ਹ ਬਰਾਤੀ ਆਉਂਦੇ ਹਨ ਨੱਚਦੇ ਟੱਪਦੇ, ਅਤੇ ਬਾਅਦ 12 ਜਾਂ 1 ਵਜੇ ਤੱਕ ਆ ਟੁੱਕਦੀ ਹੈ। ਉਸ ਤੋਂ ਬਾਅਦ 4 ਵਜੇ ਫੇਰੇ ਹੋ ਰਹੇ ਹਨ, 3 ਵਜੇ ਫੇਰੇ ਹੋ ਰਹੇ ਹਨ। ਇਹ ਗੁਰਮਰਿਆਦਾ ਅਨੁਸਾਰ ਜੋ ਇਹਨਾਂ ਨੇ 3 ਬੱਚਿਆਂ ਦੇ ਇਸੇ ਤਰ੍ਹਾਂ ਫੇਰੇ ਕੀਤੇ ਹਨ, ਜੋ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਅਤੇ ਇਹ ਸਿਮਰਨ ਅੰਮ੍ਰਿਤ ਵੇਲੇ ਦਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਇਹ ਕੋਈ ਹਰ ਇੱਕ ਸਿਮਰਨ ਨਹੀਂ ਸਕਦਾ। ਅੰਮ੍ਰਿਤ ਵੇਲੇ ਜਾਗਣਾ ਬੜਾ ਔਖਾ ਹੈ। ਜੇ ਜਾਗ ਵੀ ਜਾਂਦੇ ਹਨ ਤਾਂ ਮਹਾਰਾਜ ਸਾਨੂੰ ਜਗਾਉਂਦਾ ਹੈ। ਜਿਸ ਤਰ੍ਹਾਂ ਇੱਕ ਬੱਚੇ ਨੂੰ ਸਕੂਲ ਭੇਜਣਾ ਹੋਏ, ਮਾਂ ਦੀ ਡਿਊਟੀ ਲੱਗ ਜਾਂਦੀ ਹੈ ਵੀ ਬੱਚੇ ਨੇ ਸਕੂਲ ਭੇਜਣਾ, ਮਾਂ ਜਗਾਉਂਦੀ ਹੈ, ਬੇਟਾ ਉੱਠ, ਤੇਰਾ ਟਾਈਮ ਹੋ ਗਿਆ ਸਕੂਲ ਜਾਣ ਦਾ। ਬੱਚਾ ਨਹੀਂ ਉੱਠਦਾ। ਇਸੇ ਤਰ੍ਹਾਂ ਅਸੀਂ ਵੀ ਗੁਰੂ ਦੇ ਬੱਚੇ ਹਾਂ। ਅੰਮ੍ਰਿਤ ਵੇਲੇ ਜਿਸ ਵੇਲੇ ਉਹ ਮਹਾਰਾਜ ਜਗਾਉਂਦਾ ਹੈ ਨਾ, ਅਤੇ ਜੇ ਜਾਗ ਖੁੱਲ ਜਾਏ ਤਾਂ ਸਿੱਧੀ ਅੱਖ ਘੜੀ ਵੱਲ ਜਾਂਦੀ ਹੈ। ਦੇਖਿਆ 2 ਦਾ ਟਾਈਮ, ਸੋ ਜਾ ਮਨਾ ਕੀ ਕਰਨੀ ਜਾਗ ਕੇ, 3 ਦਾ ਟਾਈਮ, ਸੋ ਜਾ ਮਨਾ ਕੀ ਕਰਨੀ ਜਾਗ ਕੇ। ਅਤੇ ਅੰਮ੍ਰਿਤ ਵੇਲੇ ਇਹ ਯੁੱਧ ਹੁੰਦਾ ਹੈ ਮਨ ਦੇ ਨਾਲ। ਇੱਕ ਮਨ ਕਹਿੰਦਾ ਸੋ ਜਾ, ਇੱਕ ਮਨ ਕਹਿੰਦਾ ਜਾਗ ਜਾ। ਅਤੇ ਫਿਰ ਕਿਹੜਾ ਮਨ ਜਾਗਦਾ ਹੈ? ਜਿਨ੍ਹਾਂ ਨੂੰ ਰੋਜ਼ ਦਾ ਅਭਿਆਸ ਹੁੰਦਾ ਹੈ, ਅਤੇ ਉਹੀ ਮਨ ਜਾਗ ਕੇ ਗੁਰੂ ਦੇ ਚਰਨਾਂ ਵੱਲ ਜੁੜਦਾ ਹੈ, ਅਤੇ ਅੰਮ੍ਰਿਤ ਵੇਲੇ ਬੈਠ ਕੇ ਗੁਰੂ ਦੀ ਆਰਾਧਨਾ ਕਰਦਾ ਹੈ। ਅਤੇ ਅੱਜ ਦੇਖੋ ਅੰਮ੍ਰਿਤ ਵੇਲਾ ਕੈਸਾ ਹੋਇਆ, ਅੰਮ੍ਰਿਤ ਵੇਲੇ ਆਨੰਦ ਕਾਰਜ। ਅਤੇ ਮੈਂ ਦੇਖ ਦੇਖ ਕੇ ਸੱਚ ਜਾਣੋ, ਹਿਰਦੇ 'ਚੋਂ ਹੀ ਆਵਾਜ਼ ਨਿਕਲ ਰਹੀ, ਹੇ ਪਰਿਪੂਰਨ ਪਰਮਾਤਮਾ, ਇਸ ਬਾਗ ਜੋੜੀ ਨੂੰ ਦਾਤਾ ਇਸੇ ਤਰ੍ਹਾਂ ਹੀ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੀ, ਅਤੇ ਮਾਤਾ ਪਿਤਾ ਦੇ ਇਹ ਆਗਿਆਕਾਰੀ ਹੋਵਣ, ਗੁਰੂ ਘਰ ਦੇ ਪ੍ਰੇਮੀ ਹੋਵਣ,
ਤੇ ਸੰਗਤ ਦੀਆਂ ਅਸੀਸਾਂ। ਸੰਗਤ ਦੀ ਅਸੀਸ ਇੱਕ ਉੱਚੀ ਤੇ ਸੁੱਚੀ ਅਸੀਸ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਆਓ ਭਾਈ ਇਹਨਾਂ ਬੱਚਿਆਂ ਨੂੰ ਪਹਿਲੀ ਪੌੜੀ ਦਾ ਪਾਠ ਕਰਕੇ ਇੱਕ ਜਕਾਰਾ ਬੁਲਾ ਕੇ ਤੇ ਇਹਨਾਂ ਨੂੰ ਅਸੀਸ ਦੇਣੀ ਹੈ। ਕੋਈ ਰਸਨਾ ਵਾਂਝੀ ਨਾ ਰਹੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਪੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਜਕਾਰਾ ਭਾਈ ਗੱਜ ਕੇ ਬੁਲਾਣਾ ਗੂੰਜ ਕੇ ਬੋਲੇ ਸੋਨਿਆਂ ਸ੍ਰੀ ਅਕਾਲ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।